व्हाट्सअप गाइस, स्वागत है तुहाडा मेरा अज दे व्लॉग च। ते अज दे व्लॉग च ए आ भी आपां चले आ नानक सर गुरुद्वारे। ते टाइम हो गया वा 11 बज गया सवेर दे, मुंडे कह रहे ने हुणी सलाह बनी आ। वैसे तां पहला फिल्म देखण जाना सी पर फिल्म देखण नहीं जाना हुण, मतलब आपां नानक सर गुरुद्वारे। ते आज तुहानूं दिखाउने नानक सर गुरुद्वारा हो गया तैयार होने तो बाद। ठीक है ओके। फाइनली हुण चले आ नानक सर गुरुद्वारे। आ मुंडा इन्नी लेट करा के हुण आया साडे कोल, ते आ मुंडा तां पहले ही सीगा, इहनूं बड़ियां मेहनतां तरले करा के यार नाल लै के चले आ। इक उपर चढ़िया होया देख लो अपने, इत्थे चढ़िया उपरो टीसी ते, पता नहीं साला कदों आऊगा। ओ आ जा, मुंह धोई जानी आ देख लो जे दिखदा तुहानूं। ओदे निकलया निकलया, आजूगा आजूगा टाइम नाल। हुण जा रहे आ असीं योद्धा नूं, मुंडे नूं चक के ਮੁੰਡੇ ਨੂੰ ਚੱਕਾਂਗੇ, ਉਹ ਤੋਂ ਬਾਅਦ ਚੱਲਾਂਗੇ ਫਿਰ ਅੱਗੇ। ਫਿਲਹਾਲ ਤਾਂ ਅਸੀਂ ਹੁਣ ਪਹੁੰਚੇ ਹਾਂ, 12:30 ਦਾ ਟਾਈਮ ਹੋ ਗਿਆ, ਹੁਣ ਪਹੁੰਚੇ ਹਾਂ ਅਸੀਂ ਆਰਮਗੜ੍ਹ ਸਾਹਿਬ। ਹਲੇ ਘੰਟੇ ਦਾ ਰਾਹ ਵਾ ਇੱਧਰ, ਫਿਰ ਅੱਗੇ ਚੱਲਾਂਗੇ ਯੋਧਾ ਤੋਂ ਮੁੰਡੇ ਨੂੰ ਚੱਕ ਕੇ, ਫਿਰ ਚੱਲਾਂਗੇ ਅੱਗੇ, ਫਿਰ ਤੁਹਾਨੂੰ ਦਿਖਾਉਂਦੇ ਹਾਂ ਸਾਰਾ, ਕਰਾਉਂਦੇ ਹਾਂ ਕਵਰ, ਫਿਰ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਨਾਨਕ ਸਾਹਿਬ ਗੁਰਦੁਆਰੇ ਦੇ। ਜਾਵਾਂਗੇ ਉਦੋਂ ਮੁੰਡੇ ਨੂੰ ਚੱਕ ਕੇ ਫਿਰ ਅੱਗੇ ਜਾਵਾਂਗੇ, ਤੇ ਤਿਆਰ ਤਿਆਰ ਹੋ ਗਏ, ਹੁਣ ਲੇਟ ਹੀ ਬੜੇ ਹੋ ਗਏ ਯਾਰ। ਜੀਪ ਕਿੰਨੀ ਸਪੀਡ ਦਾ? ਮਤਲਬ ਯਾਰ ਮੋਹਿਤ ਨੂੰ ਲੈਣ ਚੱਲੇ ਆ, ਰਲਦੇ ਸਾਡੇ ਆਪਦੀ ਗੱਲਾਂ ਮਰ ਜਾਂਦੇ ਆ, ਸਾਡੇ ਵੱਲ ਦੇਖਦੇ ਨਹੀਂ। ਵਲੌਗ ਵਾਲੇ ਵਲੌਗ ਚ ਆਏ, ਤੇ ਬਾਕੀ ਤੁਹਾਨੂੰ ਆਵਾ ਕਰਕੇ ਮੇਰੀ ਆਵਾਜ਼ ਘੱਟ ਆ ਰਹੀ ਹੋਣੀ ਆ। ਹਲੇ ਅੱਗੇ ਨਾਕਾ ਵੀ ਦੇਖਣਾ ਯਾਰ, ਡਰ ਬੜਾ ਲੱਗਦਾ, ਪਹਿਲਾਂ ਹੀ ਬੌਂਡ ਹੋ ਗਿਆ ਕਮਰ, ਉਹਦੇ ਚੱਕਰ 'ਚ ਵੀ ਮੋਬਾਇਲ ਛੁੱਟੇ ਪੁਰਾਣੇ ਗਏ। ਤੇਰੇ ਕੋ ਬਰਾਬਰ ਹੋਤਾ ਨਹੀਂ ਕਿਆ ਬੋਲਨੇ ਕੋ? ਬਾਕੀ ਆਹ ਨਾਲ ਇੱਕ ਮੇਰੇ ਇੱਕ ਬਰੈਡੀ ਜੀ, ਤੇ ਹੁਣ ਮੋਹਿਤ ਨੂੰ ਲੈਣ ਚੱਲੇ ਹਾਂ, ਮੋਹਿਤ ਮਿਲ ਜਾਵੇ ਫਿਰ ਅੱਗੇ ਜਾਂਦੇ ਨਾਨਕ ਸਾਹਿਬ, ਫਿਰ ਤੁਹਾਨੂੰ ਦੱਸ ਦਿੰਦੇ ਹਾਂ। ਫਾਈਨਲੀ ਗਾਈਸ ਹੁਣ ਹੀ ਆਇਆ ਨਾਨਕ ਸਰ ਗੁਰਦੁਆਰੇ, ਆਹ ਮੁੰਡੇ ਨੂੰ ਰਾਹ 'ਚ ਚੱਕਿਆ ਯਾਰ। ਕਹਿੰਦੇ ਪਹਿਲਾਂ ਰਾੜਾ ਸਾਹਿਬ ਕਰਤੀ ਸੀ, ਹੁਣ ਇੱਥੇ ਖੜਾਈ ਆ। ਸਰੋਵਰ ਤੱਕ ਆ ਗਏ, ਬਾਕੀ ਆਹ ਮੁੰਡੇ ਨੂੰ ਚੱਕਿਆ ਯਾਰ ਰਾਹ 'ਚੋਂ, ਇਹ ਹੱਸੀ ਜਾਂਦਾ ਵਲੌਗ ਨੂੰ ਦੇਖ ਕੇ। ਲੈ ਸਾਰੇ ਹੱਥ ਲਾ ਕੇ ਕਰ ਅੰਦਰ ਦੇ, ਅਸਲ ਤੂੰ ਦੇ ਲੈ ਲੈ। ਫਾਈਨਲੀ ਗਾਇਸ ਹੁਣ ਹੀ ਲੰਗਰ ਖਾ ਕੇ ਨਿਕਲੇ ਸੀ। ਅੱਛਾ, ਨਾਲ ਮੇਰੇ ਛੋਟਾ ਭਰਾ ਆਪਣਾ, ਤੇ ਇੱਕ ਰਹਿ ਗਿਆ, ਬਾਕੀ ਗਏ ਹੋਏ ਨੇ, ਪਤਾ ਨਹੀਂ ਕਿੱਧਰ ਕਿੱਧਰ, ਮੈਨੂੰ ਤਾਂ ਰਾਹ ਵੀ ਨਹੀਂ ਪਤਾ। ਬਾਕੀ ਦੇਖਦੇ ਹਾਂ, ਇੱਕ ਮਿੰਟ ਫੋਟੋ ਫੋਟੋ ਖਿੱਚ ਲਈਏ। ਇੱਕ ਗੱਲ ਦੱਸੋ ਯਾਰ ਗਾਇਸ, ਇੰਨੀ ਜ਼ਿਆਦਾ ਨਾ ਫਰਸ਼ ਜ਼ਿਆਦਾ ਗਰਮ ਆ, ਇੰਨਾ ਜ਼ਿਆਦਾ ਗਰਮ ਆ, ਪੈਰ ਤੱਕ ਨਹੀਂ ਰੱਖਿਆ ਜਾ ਰਿਹਾ, ਭੱਜੀ ਭੱਜੀ ਕਰ ਰਿਹਾ। ਬਾਕੀ ਮਿਲਦੇ ਹਾਂ ਅੱਗੇ ਵਲੌਗ 'ਚ। ਬਾਕੀ ਕਿਹੜੇ ਕਿਹੜੇ ਭਰਾ ਆਪਣੇ ਆਏ ਹੋਏ ਨੇ ਕਮੈਂਟ ਜ਼ਰੂਰ ਕਰਿਓ ਯਾਰ। ਬਾਕੀ ਬਹੁਤ ਵਧੀਆ ਜਗ੍ਹਾ ਵਾ, ਅਤੇ ਤੁਸੀਂ ਵੀ ਆਇਓ ਉਹ ਦੇ ਸਾਹਮਣੇ। ਬਾਕੀ ਆਪਣੀ ਮਾਨ ਹਸਤੀ ਦੇ ਸਾਹਮਣੇ ਤੁਹਾਨੂੰ ਦਿਖਾਉਂਦੇ ਹਾਂ, ਦੇਖੋ ਕਿੱਥੇ ਫਿਰਦੇ ਨੇ। ਇਹ ਮਾਨ ਹਸਤੀ ਦੇਖ ਲਓ ਆਪੇ ਕਿੱਥੇ ਨੇਗੇ, ਆਹ ਫਿਰਦੀਆਂ ਨੇ। ਆਹ ਫਿਰਦੇ ਇਹਨਾਂ ਨੂੰ, ਸਾਲਿਆਂ ਨੂੰ ਇਹ ਮਤਲਬ ਇਹਨਾਂ ਦਾ ਯੋਗ ਨਹੀਂ ਹੈ ਦੇਸ਼ 'ਚ, ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਹੁੰਦਾ। ਕਿੰਨੇ ਦਾ ਰਾਹ ਸਪੀਡ ਲੱਗੇ ਸੀਗੇ ਰਾਜ, ਆਹ ਦੇਖ ਲਓ ਉਹ ਬੈਠੇ, ਉਹ ਬੈਠੇ ਖੜੇ ਨੇ ਹਨੇਰੇ ਕਰਕੇ, ਦੇਖਦੇ ਨਹੀਂ ਹੋਣੇ ਤੁਹਾਨੂੰ ਸ਼ਾਇਦ, ਦੇਖ ਲਓ ਕਿੰਨੇ ਦਾ ਰਾਹ ਸਪੀਡ ਲੱਗੇ ਸੀਗੇ। ਫਿਰ ਚੱਲਦੇ ਹਾਂ, ਹਲੇ ਆਪਾਂ ਜਾਣਾ ਪਤਾ ਨਹੀਂ, ਮੁੰਡਾ ਨੇ ਐਨਕਾਂ ਲਾਈਆਂ ਨੇ, ਹੁਣ ਦੁਬਾਰਾ ਲਾਊਗਾ ਐਨਕਾਂ, ਦੇਖਿਓ ਏ ਆਹ ਦੇ ਮੁੰਡੇ ਨੂੰ ਛੱਡ ਕੇ ਆਹ ਵਾਲੇ ਨੂੰ, ਅੱਜ ਚਿੱਟੇ ਸ਼ਰਟ ਵਾਲੇ ਨੂੰ, ਅਤੇ ਫਿਰ ਅੱਗੇ ਸਫ਼ਰ ਕਰਕੇ ਫਿਰ ਜਾਣਾ ਵਾ। ਬਾਕੀ ਆ ਮੁੰਡੇ ਨੇ ਮੋਟਰ ਸਟਾਰਟ ਕੀਤਾ ਪਿਆ, ਕਾਹਲੀ ਬੜੀ ਆ, ਫਿਰ ਮਿਲਦੇ ਆ ਰਾਹ 'ਚ।
ਪਹੁੰਚਿਆ ਫਾਈਨਲੀ ਗਾਇਸ ਘਰੇ ਆ ਦੇਖ ਲਓ ਨਾਲ ਬੈਠਾ ਇੱਕ ਨਵਾਂ ਸਾਡਾ ਭਰਾ ਤੇ ਇੱਕ ਆ ਲੈ ਬੂ ਪਾਣੀ ਲਿਆਈ ਯਾਰ ਬੁੱਗੇ ਆਹੋ ਲਿਆਈ ਇੱਜ਼ਤ ਨਹੀਂ ਹੈਗੀ ਮੇਰੀ ਜਮਾਂ ਵੀ ਦੇਖ ਲਓ ਜਮਾਂ ਹੀ ਨਹੀਂ ਗਜਬ ਇੱਜ਼ਤੀ ਹੈ ਯਾਰ ਹੁਣੀ ਗੋਲ ਗੱਪੇ ਖਾ ਕੇ ਨਿਕਲੇ ਸੀਗੇ ਤੇ ਆਹ ਨਾਲ ਤੇ ਬਾਕੀ ਆ ਫੇਰ ਉਹੀ ਆਪਣੇ ਆਪਣੇ ਤਾਂ ਤੁਹਾਨੂੰ ਪਤਾ ਹੀ ਨਾਲ ਹੀ ਹੁੰਦੇ ਨੇ ਇਹ ਬਾਕੀ ਇੱਧਰ ਦੇਖੋ ਏ ਸਤਿ ਸ਼੍ਰੀ ਅਕਾਲ ਇਹ ਸਤਿ ਸ਼੍ਰੀ ਅਕਾਲ ਬੁਲਾਉਂਦਾ ਰਹਿੰਦਾ ਜੀ ਆਪਾਂ ਡਿਊਟੀ ਲਾਈ ਆ ਤੇ ਬਾਕੀ ਨੈਕਸਟ ਵਲੋਗ 'ਚ ਮਿਲਦੇ ਹਾਂ ਤੇ ਇੱਥੇ ਹੀ ਐਂਡਿੰਗ ਹੁੰਦੀ ਆ ਵਲੋਗ ਦੀ ਤੇ ਬਾਕੀ ਅਗਲੇ ਵਲੋਗ 'ਚ ਮਿਲਦੇ ਹਾਂ।